ਪੰਜਾਬ ਦੇ ਵਿੱਚ ਹੁਣ ਬੱਚੀਆਂ ਸਕੂਲ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਕਿਉਂਕਿ ਅਧਿਆਪਕ ਹੀ ਇਹਨਾਂ ਬੱਚਿਆਂ ਦੇ ਨਾਲ ਛੇੜਛਾੜ ਕਰ ਰਹੇ ਨੇ ਅਤੇ ਗੰਦੀਆਂ ਹਰਕਤਾਂ ਕਰ ਰਹੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਫਾਜ਼ਿਲਕਾ ਤੋਂ ਜਿੱਥੇ ਪਿੰਡ ਕਟਹਿੜਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਇੱਕ ਨਾਬਾਲਗ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਮਾਤਾ ਪਿਤਾ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਮਾਤਾ ਪਿਤਾ ਦੇ ਵੱਲੋਂ ਸਕੂਲ ਦੇ ਵਿਭਾਗ ਦੇ ਕੋਲ ਵੀ ਸਿੱਖਿਆ ਵਿਭਾਗ ਦੇ ਕੋਲ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਪੁਲਿਸ ਦੇ ਕੋਲ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਹੈ। ਫਾਜ਼ਿਲਕਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਰੋਪੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ। ਸਾਡੇ ਕੋਲ ਜਦੋਂ ਇਹ ਕੰਪਲੇਂਟ ਸ਼ਾਮ ਨੂੰ ਮਿਲੀ ਕੱਲ੍ਹ ਅਤੇ ਪਹਿਲਾਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਉਹ ਪ੍ਰਿੰਸੀਪਲ ਕੋਲ ਉਹ ਜਿਹੜੇ ਇਕੱਠੇ ਹੋ ਕੇ ਗਏ ਆ ਬੱਚੇ ਪਿੰਡ ਉਹਨਾਂ ਦੇ ਪੇਰੈਂਟਸ ਅਤੇ ਉਹ ਫਿਰ ਉਹਦੇ ਰਿਗਾਰਡਿੰਗ ਉਹਨਾਂ ਨੇ ਸਕੂਲ ਵਾਲਿਆਂ ਨੇ ਆਪਣੀ ਕਾਰਵਾਈ ਕਰਤੀ। ਬਾਅਦ ਦੇ ਵਿੱਚ ਸਾਨੂੰ ਉਹਨਾਂ ਨੇ ਫਿਰ ਲੇਟ ਜਾ ਕੇ ਕੰਪਲੇਂਟ ਦਿੱਤੀ ਬਈ ਉਹਨਾਂ ਨੇ ਬਈ ਵਿਕਰਮ ਨੇ ਬਈ ਮੇਰੀ ਜਿਹੜੀ ਹੈ ਬੇਟੀ ਦੇ ਨਾਲ ਇਹਨੇ ਜਿਹੜੀ ਕਿ ਮਾਈਨਰ ਹੈਗੀ ਹੈ ਉਹਦੇ ਨਾਲ ਇਹਨੇ ਛੇੜਛਾੜ ਕੀਤੀ। ਉਹਦੇ ਰਿਗਾਰਡਿੰਗ ਅਸੀਂ ਜਿਹੜਾ ਇਹ ਥਾਣਾ ਖੂਹੀ ਖੇੜਾ ਪੈਂਦਾ ਉਸ ਏਰੀਏ ਦੇ ਵਿੱਚ ਅਤੇ ਐਫ ਆਈ ਆਰ ਨੰਬਰ 83 ਅੰਡਰ ਸੈਕਸ਼ਨ 75 BNS ਅਤੇ 6 ਪੋਕਸੋ ਐਕਟ ਦੇ ਤਹਿਤ ਥਾਣਾ ਖੂਹੀ ਖੇੜਾ ਵਿੱਚ ਪਰਚਾ ਜਿਹੜਾ ਉਹ ਟੀਚਰ ਦੇ ਖਿਲਾਫ਼ ਅਸੀਂ ਕਰ ਲਿਆ, ਅਰੈਸਟ ਵੀ ਕਰ ਲਿਆ ਅਸੀਂ।